ਪੰਜਾਬ ਪੁਲਿਸ ਨੇ ਲੰਗਰ ਲਾਇਆ, ਮੇਰੀ ਰੂਹ ਬੜੀ ਖੁਸ਼ ਹੋਈ। ਕਦੀ ਮੈਂ ਦੇਖਿਆ ਨਹੀਂ ਏਦਾਂ ਲੰਗਰ ਲਾਇਆ। ਸਤਿਗੁਰੂ ਨਾਨਕਗੜ੍ਹਾ ਨੂੰ ਬਹੁਤ ਵੱਡੇ ਮਹਾਰਾਜ ਵੱਡੇ ਅਫਸਰ ਬਣਿਆ ਨੂੰ ਸਗੋਂ ਭਾਈ ਇਹਨਾਂ ਨੇ ਲੰਗਰ ਲਾਇਆ। ਪੰਜਾਬ ਪੁਲਿਸ ਨੇ ਬੜਾ ਇਹਨਾਂ ਦਾ ਧੰਨਵਾਦ ਭਾਈ, ਗਰੀਬਾਂ ਦਾ ਠੰਡ ਵਿੱਚ ਚਾਹ ਦਾ ਲੰਗਰ ਲਾਇਆ ਭਾਈ। ਪਹਿਲੀ ਵਾਰੀ ਇਹ ਮੌਕਾ ਮਿਲਿਆ ਲੋਕਾਂ ਦਾ, ਮਤਲਬ ਸੇਵਾ ਤਾਂ ਅਸੀਂ ਡੇਲੀ ਕਰਦੇ ਹਾਂ, ਰੋਜ਼ ਹੀ ਕਰਦੇ ਹਾਂ, ਪਰ ਇਹ ਇੱਕ ਵੱਖਰੀ ਤਰ੍ਹਾਂ ਦੀ ਸੇਵਾ, ਵੱਖਰੀ ਤਰ੍ਹਾਂ ਦਾ ਰੂਪ ਹੈ ਜਿਹੜਾ ਪੰਜਾਬ ਪੁਲਿਸ ਦਾ, ਉਹ ਅੱਜ ਸਾਹਮਣੇ ਆਇਆ ਲੋਕਾਂ ਦੇ। ਸਰਬਸਤਾਨੀ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਲਈ ਆਪਣਾ ਪਰਿਵਾਰ ਵਾਰਤਾ, ਸ਼ਹੀਦੀ ਜੋੜ ਮੇਲ ਚੱਲ ਰਿਹਾ, ਉਹਦੇ ਸੰਬੰਧੀ ਜਿਵੇਂ ਤੁਸੀਂ ਵੇਖ ਰਹੇ ਹੋ, ਅਸੀਂ ਸਵੇਰੇ 9 ਵਜੇ ਅਕਸਰ ਹੀ ਡਿਊਟੀ ਆਉਂਦੇ ਹਾਂ। ਅੱਜ ਅਸੀਂ ਸਵੇਰੇ 6 ਵਜੇ ਆ ਕੇ, ਜਿਹੜੀ ਸਾਰੀ ਆਪਣੀ ਜੋਨਬੰਦ ਦੀ ਜਿੰਨੇ ਵੀ ਮੁਲਾਜ਼ਮ ਹੈ, ਮੇਰੀ ਟੀਮ ਹੈ, ਅਸੀਂ ਇਹਨਾਂ ਨਾਲ ਇੱਕ ਸਾਂਝਾ ਫੈਸਲਾ ਕੀਤਾ ਕਿ ਉਹਨਾਂ ਸਾਰੀ ਦੁਨੀਆ ਸੇਵਾ ਕਰ ਰਹੀ, ਅਸੀਂ ਵੀ ਸੇਵਾ ਦੇ ਭਾਗੀਦਾਰ ਬਣੀਏ। ਇਹ ਤਾਂ ਅਸੀਂ ਜਿਹੜਾ ਦੁੱਧ ਦੀ ਸੇਵਾ ਅਤੇ ਉਸ ਤੋਂ ਇਲਾਵਾ ਰਸ ਸੀ ਅਤੇ ਮੱਠੀਆਂ ਸੀ, ਉਹਦੀ ਰਾਹਗੀਰਾਂ ਨੂੰ ਜਿਵੇਂ ਸਾਰੀ ਦੁਨੀਆ ਸੇਵਾ ਕਰ ਰਹੀ, ਅਸੀਂ ਵੀ ਉਸ ਸੇਵਾ ਦਾ ਛੋਟਾ ਹਿੱਸਾ ਬਣੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਅਰਵਿੰਦਰ ਸਰਾਣਾ ਸਵਾਗਤ ਕਰਦਾ ਤੁਹਾਡਾ ਲੁਧਿਆਣਾ ਨਿਊਜ਼ ਲਾਈਵ 'ਤੇ, ਜਿੱਥੇ ਪੂਰੀ ਦੁਨੀਆ 4 ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦੇ ਰਹੀ ਹੈ, ਜਿੱਥੇ ਪੂਰਾ ਪੰਜਾਬ ਉਹ 4 ਸਾਹਿਬਜ਼ਾਦਿਆਂ ਨੂੰ ਅੱਜ ਨਮਨ ਹੋ ਰਿਹਾ ਹੈ। ਉੱਥੇ ਇੱਕ ਤਸਵੀਰ ਸਾਨੂੰ ਜਗਰਾਮ ਪੁਲ 'ਤੇ ਦੇਖਣ ਨੂੰ ਮਿਲੀ ਹੈ, ਜਿੱਥੇ ਤੁਸੀਂ ਪੰਜਾਬ ਪੁਲਿਸ ਨੂੰ ਕਿਤੇ ਨਾ ਕਿਤੇ ਚੈਕਿੰਗ ਕਰਦੇ ਹੋਏ ਦੇਖਿਆ ਹੋਊਗਾ, ਕਿਤੇ ਨਾ ਕਿਤੇ ਤੁਸੀਂ ਪੰਜਾਬ ਪੁਲਿਸ ਨੂੰ ਨਾਕੇ ਲਾਉਂਦੇ ਦੇਖਿਆ ਹੋਊਗਾ। ਅਤੇ ਅੱਜ ਵੀ ਪੰਜਾਬ ਪੁਲਿਸ ਨੇ ਇੱਕ ਨਾਕਾ ਲਾਇਆ। ਇਹ ਨਾਕਾ ਉਹ ਨਾਕਾ ਨਹੀਂ ਹੈ ਕਿ ਲੋਕਾਂ ਦੀ ਚੈਕਿੰਗ ਜਾਂ ਤਲਾਸ਼ੀ ਹੋਣੀ ਹੈ, ਇਹ ਨਾਕਾ ਉਹ ਹੈ ਕਿ ਗੁਰੂ ਦਾ ਪ੍ਰਸ਼ਾਦ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ, ਗਰਮ ਚਾਹ ਅਤੇ ਗਰਮ ਦੁੱਧ ਅਤੇ ਮੱਠੀਆਂ ਦਾ ਪ੍ਰਸ਼ਾਦ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ। ਆਉਣ ਜਾਣ ਵਾਲਿਆਂ ਨੂੰ ਪੁੱਛਿਆ ਜਾ ਰਿਹਾ ਹੈ ਕਿ ਤੁਸੀਂ ਇਹ ਚਾਹ ਪੀ ਕੇ ਜਾਓ, ਤੁਸੀਂ ਪ੍ਰਸ਼ਾਦ ਲੈ ਕੇ ਜਾਓ। ਬਿਲਕੁਲ ਜੀ, ਇਹ ਪੂਰੇ ਪੰਜਾਬ ਦੀ ਤਸਵੀਰ ਹੈ। ਪੰਜਾਬ ਕਿਤੇ ਵੀ ਚਲੇ ਜਾਓ ਅਤੇ ਅੱਜ ਦੇ ਦਿਨ ਨੂੰ ਸਮਰਪਿਤ, ਉਹ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਦੁੱਧ ਦਾ, ਚਾਹ ਦਾ ਅਤੇ ਹੋਰ ਲੰਗਰ ਨੂੰ ਲਾਇਆ ਜਾ ਰਿਹਾ ਹੈ। ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਜਗਰਾਮ ਪੁਲ ਦੀ ਹੈ। ਪੰਜਾਬ ਪੁਲਿਸ ਲੋਕਾਂ ਦੀ ਸੇਵਾ 'ਚ ਵੈਸੇ ਤਾਂ ਲਾਓ ਐਂਡ ਆਰਡਰ ਨੂੰ ਮੇਨਟੇਨ ਕਰਨ ਲਈ ਹਾਜ਼ਰ ਹੁੰਦੀ ਹੈ, ਪਰ ਅੱਜ ਪੰਜਾਬ ਪੁਲਿਸ ਲੋਕਾਂ ਦੀ ਸੇਵਾ ਨੂੰ ਦੁੱਧ ਲਈ ਹਾਜ਼ਰ ਹੈ। ਬਿਲਕੁਲ ਜੀ, ਇਹ ਵੱਖਰੀ ਤਸਵੀਰ ਸਾਨੂੰ ਦੇਖਣ ਨੂੰ ਮਿਲੀ ਹੈ ਅਤੇ ਅਸੀਂ ਸੋਚਿਆ ਕਿ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰੀਏ। ਲੋਕ ਆ ਰਹੇ ਨੇ, ਜਾ ਰਹੇ ਨੇ ਅਤੇ ਜਿਨ੍ਹਾਂ ਨੂੰ ਜ਼ਰੂਰਤ ਹੈ ਉਹ ਪ੍ਰਸ਼ਾਦ ਲੈ ਕੇ ਇੱਥੇ ਆਪਣਾ ਛੱਕ ਰਹੇ ਨੇ। ਬਿਲਕੁਲ ਹੀ ਗੱਲ ਕਰਨ ਦੀ ਵੀ ਕੋਸ਼ਿਸ਼ ਕਰਦੇ ਹਾਂ, ਕਿਤੇ ਨਾ ਕਿਤੇ ਉਹ ਕੀ ਮਹਿਸੂਸ ਕਰਦੇ ਨੇ ਇਸ ਠੰਡ ਵਿੱਚ, ਜੋ ਅੱਜ ਇਹਨਾਂ ਨੇ ਇਹ ਲੰਗਰ ਲਾਇਆ ਹੈ। ਪੂਰੀ ਕੋਸ਼ਿਸ਼ ਕਰਦੇ ਹਾਂ ਜੇ ਉਹ ਸਾਡੇ ਨਾਲ ਗੱਲ ਕਰਦੇ ਨੇ ਕਿ ਭਾਅ ਜੀ ਸਤਿ ਸ਼੍ਰੀ ਅਕਾਲ, ਭਾਅ ਜੀ ਲੰਗਰ ਲਾਇਆ ਕਿਸ ਤਰ੍ਹਾਂ ਮਹਿਸੂਸ ਕਰ ਰਹੇ? ਸਰ ਬਹੁਤ ਵਧੀਆ ਮਹਿਸੂਸ ਕਰ ਰਹੇ ਹਾਂ। ਤੁਹਾਨੂੰ ਕੀ ਲੱਗਦਾ ਕਿ ਆ 4 ਸਾਹਿਬਜ਼ਾਦਿਆਂ ਦੀ ਸ਼ਹਾਦਤ ਹੈ, ਪੂਰੀ ਦੁਨੀਆ ਉਹਨੂੰ ਮਨਾ ਰਹੀ ਕਿ? ਹਾਂਜੀ ਹਾਂਜੀ, ਬਹੁਤ ਹੀ ਪਿਆਰ ਨਾਲ ਮਨਾ ਰਹੀ ਹੈ। ਤੁਹਾਨੂੰ ਲੱਗਦਾ ਆਉਣ ਜਾਣ ਵਾਲਿਆਂ ਨੂੰ ਤੁਸੀਂ ਪਹਿਲੇ ਤਾਂ ਰੋਕਦੇ ਹੁੰਦੇ ਸੀ, ਹੁਣ ਲੰਗਰ ਦੇ ਰਹੇ ਹੋ? ਹਾਂਜੀ ਹਾਂਜੀ, ਉਹ ਜਿਨ੍ਹਾਂ ਦੀ ਗਲਤੀ ਹੈ ਸਰ ਉਹਨਾਂ ਨੂੰ ਤਾਂ ਰੋਕਣਾ ਹੀ ਹੈ ਜੀ। ਬਿਲਕੁਲ ਸਹੀ, ਸੇਵਾ ਕਰ ਰਹੇ ਹਾਂ ਅਸੀਂ ਸਰ। ਬਿਲਕੁਲ ਜੀ, ਪੰਜਾਬ ਪੁਲਿਸ ਨੇ ਕਿਹਾ ਠੀਕ ਹੈ, ਫਰਜ਼ ਨੇ ਨਾਲ ਨਾਲ ਡਿਊਟੀ ਬਹੁਤ ਜ਼ਰੂਰੀ ਹੈ, ਲੇਕਿਨ ਉਹ ਸੇਵਾ ਕਰ ਰਹੇ ਨੇ। ਅਸੀਂ ਗੱਲਬਾਤ ਹੋਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਹੜੇ ਆਲਾ, ਮੇਰੀ ਰੂਹ ਬੜੀ ਖੁਸ਼ ਹੋਈ ਹੈ। ਪੰਜਾਬ ਪੁਲਿਸ ਨੇ ਲੰਗਰ ਲਾਇਆ, ਅੱਜ ਪੰਜਾਬ ਪੁਲਿਸ ਨੇ ਲੰਗਰ ਲਾਇਆ, ਮੇਰੀ ਰੂਹ ਬੜੀ ਖੁਸ਼ ਹੋਈ। ਕਦੀ ਮੈਂ ਦੇਖਿਆ ਨਹੀਂ ਏਦਾਂ ਲੰਗਰ ਲਾਇਆ। ਸਤਿਗੁਰੂ ਨਾਨਕਗੜ੍ਹਾ ਨੂੰ ਬਹੁਤ ਵੱਡੇ ਮਹਾਰਾਜ ਵੱਡੇ ਅਫਸਰ ਬਣਿਆ ਨੂੰ ਸਗੋਂ ਭਾਈ ਇਹਨਾਂ ਨੇ ਲੰਗਰ ਲਾਇਆ। ਪੰਜਾਬ ਪੁਲਿਸ ਨੇ ਬੜਾ ਇਹਨਾਂ ਦਾ ਧੰਨਵਾਦ ਭਾਈ, ਗਰੀਬਾਂ ਦਾ ਠੰਡ ਵਿੱਚ ਚਾਹ ਦਾ ਲੰਗਰ ਲਾਇਆ ਭਾਈ। ਚਲੋ ਜੀ, ਬਹੁਤ ਅੱਛੀ ਗੱਲ ਹੈ, ਲੋਕ ਧੰਨਵਾਦ ਵੀ ਕਰ ਰਹੇ ਨੇ। ਮੈਡਮ, ਲੰਗਰ ਲਾਇਆ ਕਿਵੇਂ ਮਹਿਸੂਸ ਕਰਦੇ ਹੋ? ਸਭ ਤੋਂ ਪਹਿਲਾਂ ਸਰ ਧੰਨਵਾਦ ਕਰਨਾ ਚਾਹੂੰਗੀ ਵਾਹਿਗੁਰੂ ਜੀ ਦਾ, ਜਿਨ੍ਹਾਂ ਨੇ ਮਤਲਬ ਲੰਗਰ ਲਾਉਣ ਦਾ ਮੌਕਾ ਦਿੱਤਾ। ਭਰਤੀ ਹੋਣ ਤੋਂ ਬਾਅਦ ਪਹਿਲੀ ਵਾਰੀ ਇਹ ਮੌਕਾ ਮਿਲਿਆ ਲੋਕਾਂ ਦਾ, ਮਤਲਬ ਸੇਵਾ ਤਾਂ ਅਸੀਂ ਡੇਲੀ ਕਰਦੇ ਹਾਂ, ਰੋਜ਼ ਹੀ ਕਰਦੇ ਹਾਂ,
ਪਰ ਇਹ ਇੱਕ ਵੱਖਰੀ ਤਰ੍ਹਾਂ ਦੀ ਸੇਵਾ, ਵੱਖਰੀ ਤਰ੍ਹਾਂ ਦਾ ਰੂਪ ਹੈ ਜਿਹੜਾ ਪੰਜਾਬ ਪੁਲਿਸ ਦਾ, ਉਹ ਅੱਜ ਸਾਹਮਣੇ ਆਇਆ ਲੋਕਾਂ ਦੇ। ਅਤੇ ਇਹ ਰੂਪ ਦੇਖ ਕੇ ਅੰਦਰੋਂ ਕਿਵੇਂ ਦਾ ਮਹਿਸੂਸ ਹੋ ਰਿਹਾ? ਅੰਦਰੋਂ ਸਰ ਬਹੁਤ ਜ਼ਿਆਦਾ, ਮੈਨੂੰ ਤਾਂ ਐਵੇਂ ਲੱਗ ਰਿਹਾ ਵੀ ਅੱਜ ਮੈਂ ਸਾਰਾ ਦਿਨ ਅੱਜ ਐਵੇਂ ਕਰਦੀ ਰਹਾਂ, ਹੈ ਨਾ। ਅਤੇ ਜਦੋਂ ਅੱਗੇ ਵਾਹਿਗੁਰੂ ਜੀ ਦਾ ਮੈਂ ਐਵੇਂ ਅਰਦਾਸ ਕਰੂੰਗੀ ਵੀ ਇਹੋ ਜਿਹੇ ਮੌਕੇ ਸਾਨੂੰ ਵਾਰ ਵਾਰ ਮਿਲਦੇ ਰਹਿਣ ਸਰ। ਬਿਲਕੁਲ ਜੀ, ਅੱਛੀ ਗੱਲ ਹੈ। ਇਹਨਾਂ ਦੀ ਸੋਚ ਰਹੇ ਨੇ ਕਿ ਇਹੋ ਜਿਹਾ ਮੌਕਾ ਇਸ ਵਾਰ ਵਾਰ ਮਿਲਦੇ ਰਹਿਣ। ਸਰ ਲੰਗਰ ਲਾਇਆ, ਕਿਸ ਤਰ੍ਹਾਂ ਮਹਿਸੂਸ ਹੋ ਰਿਹਾ? ਸਰ ਬਹੁਤ ਵਧੀਆ ਲੱਗ ਰਿਹਾ ਜੀ। ਤੁਹਾਨੂੰ ਲੱਗ ਰਿਹਾ ਕਿ ਜਿਨ੍ਹਾਂ ਨੂੰ ਤੁਸੀਂ ਰੋਕ ਰੋਕ ਕੇ ਚੈਕਿੰਗ ਕਰਦੇ ਸੀ, ਅੱਜ ਉਹਨਾਂ ਨੂੰ ਮੱਠੀਆਂ ਦਾ ਦੁੱਧ ਦੇ ਰਹੇ ਹੋ? ਹਾਂਜੀ, ਲੰਗਰ ਲਾ ਰਹੇ ਹਾਂ ਸਾਹਿਬਜ਼ਾਦੇ ਸ਼ਹੀਦੀ ਪੁਰਬ ਦੀ ਖੁਸ਼ੀ। ਲੱਗਦਾ ਕਿ ਅੱਜ ਦਾ ਦਿਨ ਬਹੁਤ ਦਿਹਾੜਾ, ਮਤਲਬ ਉਹ ਸਮਰਪਿਤ ਹੈ ਉਹ ਚਾਰ ਸਾਹਿਬਜ਼ਾਦੇ ਨੂੰ। ਸਮਰਪਿਤ ਹੈ ਜੀ, ਸੌ ਛੋਟੇ ਸਾਹਿਬ ਸ਼ਹੀਦ। ਬਿਲਕੁਲ ਜੀ, ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੈ ਸਾਡੇ ਨਾਲ ਇੱਕ ਹੋਰ ਸਰ ਨੇ। ਸਰ ਕਿਵੇਂ ਮਹਿਸੂਸ ਕਰਦੇ ਸਰ? ਬਿਲਕੁਲ ਜੀ, ਕਹਿਣਾ ਨਹੀਂ ਚਾਹੁੰਦੇ, ਉਹ ਕਹਿ ਰਹੇ ਨੇ ਸੇਵਾ ਹੈ, ਸੇਵਾ ਸਾਡੀ ਸਮਰਪਿਤ ਹੈ। ਦੂਸਰੇ ਤੁਹਾਨੂੰ ਉਹ ਫਿਰ ਤਸਵੀਰਾਂ ਦਿਖਾ ਰਹੇ ਹਾਂ ਕਿ ਇਹ ਉਹ ਸਟਾਲ ਹੈ ਜਿਸ ਸਟਾਲ ਤੋਂ ਲੰਗਰ ਅਤੇ ਮੱਠੀਆਂ ਦਾ ਪ੍ਰਸ਼ਾਦ ਵੰਡਿਆ ਜਾ ਰਿਹਾ ਹੈ। ਬਿਲਕੁਲ ਜੀ, ਇਹ ਤਸਵੀਰ ਤੁਸੀਂ ਹਿੰਦੁਸਤਾਨ ਵਿੱਚ ਹੀ ਅਕਸਰ ਦੇਖਦੇ ਹੋਵੋਗੇ ਕਿ ਜਦੋਂ ਚਾਰ ਸਾਹਿਬਜ਼ਾਦੇ ਇੱਥੇ ਸਮਰਪਿਤ ਨੇ ਅਤੇ ਉਹਨਾਂ ਨੂੰ ਲੰਗਰ ਲਾ ਰਿਹਾ ਹੈ। ਭਾਜੀ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ? ਬਹੁਤ ਵਧੀਆ ਜੀ, ਲੰਗਰ ਤਾਂ ਤੁਸੀਂ ਚਲੋ ਬਹੁਤ ਦੇਖੇ ਹੋਣਗੇ, ਅੱਜ ਪੁਲਿਸ ਲਾ ਰਹੀ ਲੰਗਰ, ਕਿੱਦਾਂ ਲੱਗ ਰਿਹਾ? ਇਹ ਤਾਂ ਵਧੀਆ ਜੀ, ਮੇਰੀ ਡਿਊਟੀ ਵੀ ਇੱਥੇ ਹੀ ਹੈ ਜੀ। ਮਹਿਸੂਸ ਲੱਗ ਰਿਹਾ ਕਿ ਠੀਕ ਹੈ ਜੀ? ਬਹੁਤ ਵਧੀਆ ਜੀ, ਬਹੁਤ ਵਧੀਆ। ਬਿਲਕੁਲ ਜੀ, ਬਿਲਕੁਲ, ਕਿਤੇ ਨਾ ਕਿਤੇ ਇਹ ਮਹਿਸੂਸ ਹੋ ਰਹੇ ਨੇ ਕਿ ਅੱਜ ਇਹ ਲੰਗਰ ਜਿਹੜਾ ਲੱਗ ਗਿਆ ਹੈ ਲੋਕਾਂ ਨੂੰ ਸਮਰਪਿਤ ਹੈ। ਇਹ ਲੰਗਰ ਇਸ ਕਰਕੇ ਸਮਰਪਿਤ ਹੈ ਕਿ ਉਹ ਲੋਕਾਂ ਲਈ, ਲੋਕਾਂ ਦੀ ਸੇਵਾ ਲਈ ਇਹ ਪੁਲਿਸ ਹਾਜ਼ਰ ਹੈ। ਇੱਕ ਤਰਫ ਪੁਲਿਸ ਲੋਕਾਂ ਦੀ, ਕਹਿੰਦੇ ਨੇ, ਆਪਣਾ ਫਰਜ਼ ਨਿਭਾ ਰਹੀ ਹੈ, ਦੂਸਰੀ ਤਰਫ ਇਹ ਸੇਵਾ ਵੀ ਹੋ ਰਹੀ ਹੈ। ਇਹ ਸਾਰੇ ਟ੍ਰੈਫਿਕ ਨੂੰ ਮੇਨਟੇਨ ਕਰ ਰਹੇ ਨੇ। ਸਰ ਕਿੱਦਾਂ ਲੱਗ ਰਿਹਾ? ਸੇਵਾ ਕਰਨਾ ਵਧੀਆ ਲੱਗ ਰਿਹਾ। ਇੱਕ ਤਰਫ ਫਰਜ਼, ਦੂਸਰੀ ਤਰਫ ਸੇਵਾ, ਇਹ ਵੀ ਸੇਵਾ ਹੀ ਹੈ ਜੀ। ਪਹਿਲੇ ਤਾਂ ਮੇਨਟੇਨ ਕਰਦੇ ਸੀ ਟ੍ਰੈਫਿਕ ਨੂੰ, ਅੱਜ ਤੁਸੀਂ ਆ ਲੰਗਰ ਨਾਲ ਨਾਲ ਚਾਹ ਅਤੇ ਲੰਗਰ ਵੀ ਵਰਤਾ ਰਹੇ ਹੋ? ਹਾਂਜੀ ਹਾਂਜੀ, ਬਿਲਕੁਲ ਜੀ, ਕਹਿ ਰਹੇ ਨੇ ਕਿ ਬਿਲਕੁਲ ਸੇਵਾ ਹੈ, ਇਹ ਵੀ ਸੇਵਾ ਅਤੇ ਇਹ ਵੀ ਸੇਵਾ ਹੈ। ਫਰਜ਼ ਵੀ ਨਿਭਾ ਰਹੇ ਨੇ ਅਤੇ ਸੇਵਾ ਵੀ ਨਿਭਾ ਰਹੇ ਨੇ। ਕੋਸ਼ਿਸ਼ ਫਿਰ ਤੁਹਾਨੂੰ ਦਿਖਾਵਾਂਗੇ ਕਿ ਉਹ ਸੇਵਾ ਹੈ ਜਿਹੜੀ ਸੇਵਾ ਆਮ ਲੋਕਾਂ ਨੂੰ ਸਮਰਪਿਤ ਹੈ। ਜਿੱਥੇ ਟ੍ਰੈਫਿਕ ਨੂੰ ਮੇਨਟੇਨ ਕਰਨਾ ਹੈ ਉੱਥੇ ਲੰਗਰ ਲਾ ਕੇ, ਦੁੱਧ ਪਿਲਾ ਕੇ ਲੋਕਾਂ ਦੀ ਠੰਡ ਨੂੰ ਵੀ ਦੂਰ ਕਰਨਾ ਹੈ। ਨੂੰ ਲਗਾਤਾਰ ਤਸਵੀਰਾਂ ਦਿਖਾ ਰਹੇ ਨੇ, ਉਸੇ ਤਰ੍ਹਾਂ ਸਾਨੂੰ ਇਹ ਅਫਸਰ ਮਿਲੇ ਨੇ। ਬਿਲਕੁਲ ਜੀ, ਬਿਲਕੁਲ ਜੀ, ਉਸ ਅਫਸਰ ਨਾਲ ਤੁਹਾਨੂੰ ਮਿਲਾ ਰਹੇ ਹਾਂ ਜੋ ਅਕਸਰ ਸੇਵਾ ਕਰਦੇ ਰਹਿੰਦੇ ਨੇ। ਸਰ ਲੰਗਰ ਲਾਇਆ ਹੈ, ਕਿਸ ਤਰ੍ਹਾਂ ਦਾ ਮਹਿਸੂਸ? ਸਤਿ ਸ਼੍ਰੀ ਅਕਾਲ ਜੀ, ਜਿੰਨੇ ਵੀ ਮੇਰਾ ਵੀਰ ਸਾਨੂੰ ਵੇਖ ਰਹੇ ਨੇ, ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰਬਸਤਾਨੀ, ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਲਈ ਆਪਣਾ ਪਰਿਵਾਰ ਵਾਰਤਾ ਸਰ, ਸ਼ਹੀਦੀ ਜੋੜ ਮੇਲ ਚੱਲ ਰਿਹਾ, ਉਹਦੇ ਸੰਬੰਧੀ ਜਿਵੇਂ ਤੁਸੀਂ ਵੇਖ ਰਹੇ ਹੋ, ਅਸੀਂ ਸਵੇਰੇ 9 ਵਜੇ ਅਕਸਰ ਹੀ ਡਿਊਟੀ ਆਉਂਦੇ ਹਾਂ। ਅੱਜ ਅਸੀਂ ਸਵੇਰੇ 6 ਵਜੇ ਆ ਕੇ, ਜਿਹੜੀ ਸਾਰੀ ਆਪਣੀ ਜੌਨਬੰਦੀ ਜਿੰਨੇ ਵੀ ਮੁਲਾਜ਼ਮ ਹੈ, ਮੇਰੀ ਟੀਮ ਹੈ, ਅਸੀਂ ਇਹਨਾਂ ਨਾਲ ਇੱਕ ਸਾਂਝਾ ਫੈਸਲਾ ਕੀਤਾ ਕਿ ਹੁਣ ਸਾਰੀ ਦੁਨੀਆ ਸੇਵਾ ਕਰ ਰਹੀ, ਅਸੀਂ ਵੀ ਸੇਵਾ ਦੇ ਭਾਗੀਦਾਰ ਬਣੀਏ। ਇਹ ਤਾਂ ਅਸੀਂ ਜਿਹੜਾ ਦੁੱਧ ਦੀ ਸੇਵਾ ਅਤੇ ਉਸ ਦੇ ਇਲਾਵਾ ਰਸ ਸੀ ਅਤੇ ਮੱਠੀਆਂ ਸੀ, ਉਹਦੀ ਰਾਹਗੀਰਾਂ ਨੂੰ ਜਿਵੇਂ ਸਾਰੀ ਦੁਨੀਆ ਸੇਵਾ ਕਰ ਰਹੀ, ਅਸੀਂ ਵੀ ਉਸ ਸੇਵਾ ਦਾ ਛੋਟਾ ਜਿਹਾ ਹਿੱਸਾ ਬਣੇ ਹਾਂ। ਚਲੋ, ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੈ ਪੂਰਾ ਪੰਜਾਬ, ਅੱਜ ਤੁਸੀਂ ਇਹ ਸੇਵਾ ਕਰ ਰਹੇ ਹੋ, ਲੋਕਾਂ ਦਾ ਕੀ ਰਿਸਪੋਂਸ ਹੈ? ਕਿਉਂਕਿ ਪੁਲਿਸ ਨੇ ਲੋਕਾਂ ਨੂੰ ਅਕਸਰ ਲਾਅ ਐਂਡ ਆਰਡਰ ਮੇਨਟੇਨ ਕਰਦੇ ਦੇਖਿਆ ਹੈ, ਲੋਕ ਕੀ ਰਿਸਪੋਂਸ ਦੇ ਰਹੇ ਨੇ? ਸੱਚੇ ਮਾਰਗ ਚੱਲਦੇ ਹਾਂ, ਉਸਤਤ ਕਰੇ ਜਹਾਨ, ਜਦੋਂ ਅਸੀਂ ਚੰਗੇ ਕੰਮ ਕਰਾਂਗੇ ਤਾਂ ਸਾਨੂੰ ਸ਼ਲਾਘਾ ਹੀ ਮਿਲੂਗੀ, ਠੀਕ ਹੈ। ਅਗਰ ਕੁਛ ਅਸੀਂ ਮਾੜਾ ਕਰਦੇ ਉਹਦੇ ਨਤੀਜੇ ਮਾੜੇ ਨੇ, ਅਤੇ ਜਿਹੜਾ ਲੋਕਾਂ ਦਾ ਪਿਆਰ ਹੀ ਹੈ ਜਿਹੜੇ ਸਾਨੂੰ ਹੱਕ ਕਰਕੇ ਮਿਲ ਰਹੇ ਨੇ, ਇਹ ਤੋਂ
ਹੋਰ ਜ਼ਿਆਦਾ ਐਪਰੀਸ਼ੀਏਟ ਮੈਂ ਨਹੀਂ ਸੋਚਦਾ ਕਿ ਹੋਊਗਾ। ਤੁਹਾਨੂੰ ਲੱਗਦਾ ਕਿ ਆਉਣ ਵਾਲੇ ਟਾਈਮ ਵਿੱਚ ਜੋ ਤਸਵੀਰ ਤੁਸੀਂ ਅੱਜ ਦਿਖਾਈ ਹੈ, ਜਦੋਂ ਲੋਕ ਇਹ ਤਸਵੀਰ ਸਾਡੇ ਮਾਧਿਅਮ ਨਾਲ ਹੋਰ ਵੀ ਚੈਨਲਾਂ ਦੇ ਮਾਧਿਅਮ ਨਾਲ ਦੇਖਣਗੇ, ਕਿਤੇ ਨਾ ਕਿਤੇ ਇੱਕ ਪੋਜ਼ਿਟਿਵ ਰਿਲੇਸ਼ਨ ਪੋਜ਼ਿਟਿਵ ਪੁਲਿਸ ਨਾਲ ਹੋਊਗਾ। ਦੇਖੋ ਸਰ, ਜਿਹੜੀ ਸਾਡੀ ਪੁਲਿਸ ਹੈ ਜਨਤਾ ਦੀ ਸੇਵਾ ਲਈ ਹੈ, ਹਮੇਸ਼ਾ ਸੇਵਾ ਲਈ ਤਤਪਰ ਹੈ। ਪਰ ਉਹਨੂੰ ਕੁਛ ਕੁ ਲੋਕਾਂ ਦਾ ਨਜ਼ਰੀਆ ਵੇਖਣਾ ਇਹ ਇਸ ਤਰ੍ਹਾਂ ਦਾ ਅਲੱਗ ਹੈ। ਮੰਨ ਲਓ ਤੁਸੀਂ ਕਿਤੇ ਡਿਊਟੀ 'ਤੇ ਖੜ੍ਹੇ ਹੋ, ਮੈਂ ਨਹੀਂ, ਤੁਸੀਂ ਪੁਲਿਸ ਮੁਲਾਜ਼ਮ ਹੋ, ਤੁਹਾਨੂੰ ਵੇਖ ਕੇ ਅਗਰ ਕੋਈ ਵਹੀਕਲ ਪਿੱਛੇ ਨੂੰ ਮੁੜ ਰਿਹਾ ਤਾਂ ਉਹਦੇ 'ਚ ਆਪਣੇ ਆਪ 'ਚ ਕੋਈ ਕਮੀ ਹੈ, ਜਾਂ ਉਹ ਟ੍ਰੈਫਿਕ ਨਿਯਮ ਦੀ ਉਲੰਘਣਾ ਨਹੀਂ ਕਰ ਰਿਹਾ, ਪਾਲਣਾ ਨਹੀਂ ਕਰ ਰਿਹਾ, ਜਾਂ ਉਹ ਹੈਲਮਟ ਨਹੀਂ ਪਾਇਆ, ਜਾਂ ਮੋਬਾਈਲ ਫੋਨ ਦੀ ਵਰਤੋਂ ਕਰ ਰਿਹਾ, ਉਹਦੇ ਕੋਲ ਕੋਈ ਕਮੀ ਪੇਸ਼ੀ ਹੈ, ਜਾਂ ਉਹ ਕ੍ਰਿਮੀਨਲ ਹੈ। ਅਦਰਵਾਈਜ਼ ਪੁਲਿਸ ਹਮੇਸ਼ਾ ਜਨਤਾ ਦੀ ਦੋਸਤ ਹੈ। ਅਸੀਂ ਵੇਖ ਰਹੇ ਹਾਂ ਹਮੇਸ਼ਾ ਜਦੋਂ ਵੀ ਸਾਨੂੰ ਲੋੜ ਪੈਣ 'ਤੇ ਮੁਸੀਬਤ ਪੈਂਦੀ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਪੁਲਿਸ ਨੂੰ ਯਾਦ ਕਰਦੇ ਹਾਂ, ਔਰ ਪੁਲਿਸ ਹਮੇਸ਼ਾ ਜਨਤਾ ਦੀ ਸੇਵਾ ਲਈ ਤਤਪਰ ਹੈ ਔਰ ਤਤਪਰ ਰਹੂਗੀ। ਅੱਛਾ, ਇਹ ਲੰਗਰ ਸੇਵਾ ਐਵੇਂ ਨਿਰੰਤਰ ਚੱਲਦੀ ਰਹੂਗੀ? ਵੇਖੋ ਜੀ, ਜਿੰਨਾ ਚਿਰ ਇਹ ਸਾਡਾ ਲੰਗਰ ਹੈ ਅੱਜ ਜਦ ਤੱਕ ਸਮਾਪਤੀ ਨਹੀਂ ਹੁੰਦਾ ਉਸ ਟਾਈਮ ਤੱਕ ਚੱਲੂਗਾ। ਇਹਦੇ ਨਾਲ ਨਾਲ ਜਿਵੇਂ ਸਾਡਾ ਇਹ ਮਨ ਨੂੰ ਸਕੂਨ ਪਹੁੰਚਾਉਣ ਵਾਲੀ ਗੱਲ ਹੈ, ਅਸੀਂ ਆਪਣੇ ਮਨ ਨੂੰ ਸਾਨੂੰ ਸਕੂਨ ਮਿਲਿਆ, ਅਸੀਂ ਇਹ ਲੰਗਰ ਸੇਵਾ ਕੀਤੀ, ਉਹ ਕਰ ਰਹੇ ਹਾਂ। ਮਿਹਰਬਾਨੀ ਜੀ। ਇਹ ਉਹ ਅਧਿਕਾਰੀ ਨੇ ਜੋ ਅਕਸਰ ਕਿਸੇ ਦਾ ਕਿਸੇ ਦੀ ਸੇਵਾ ਕਰਦੇ ਨਜ਼ਰ ਆਉਂਦੇ ਨੇ। ਹੁਣ ਮੈਂ ਉਹ ਤਸਵੀਰ ਦਿਖਾ ਦੇਵਾਂ, ਇਹ ਜਗਰਾਓਂ ਪੁੱਲ ਹੈ, ਲੁਧਿਆਣੇ ਦਾ ਬੜਾ ਟ੍ਰੈਫਿਕ ਇੱਥੋਂ ਆਉਂਦਾ ਹੈ ਅਤੇ ਜਾਂਦਾ ਹੈ, ਕਿਤੇ ਨਾ ਕਿਤੇ ਤਸਵੀਰ ਵੀ ਸਾਨੂੰ ਦੇਖਣ ਨੂੰ ਮਿਲੀ ਹੈ। ਅਸੀਂ ਵੀ ਉਹਨ ਚਾਰ ਸਾਹਿਬਜ਼ਾਦਿਆਂ ਨੂੰ ਉਹ ਸ਼ਹਾਦਤ ਨੂੰ ਆਪਣੀ ਸ਼ਰਧਾਂਜਲੀ ਲੁਧਿਆਣਾ ਲਾਈਵ ਦੀ ਟੀਮ ਵੱਲੋਂ ਦਿੰਦੇ ਹਾਂ, ਅਤੇ ਉਹ ਪੂਰੇ ਜਿੰਨੇ ਵੀ ਪੰਜਾਬ ਦੇ ਲੋਕ ਨੇ ਜਾਂ ਕੁੱਲ ਦੁਨੀਆ ਵਿੱਚ ਪੰਜਾਬੀ ਵੱਸਦੇ ਨੇ, ਅੱਜ ਦੇ ਦਿਹਾੜੇ ਨੂੰ ਉਹ ਸਮਰਪਿਤ ਕਰਦੇ ਹਾਂ, ਮੱਥਾ ਟੇਕਦੇ ਹਾਂ ਕਿ ਇਹ ਪਰਮਾਤਮਾ ਜਿਹੜਾ ਅੱਜ ਦਾ ਦਿਹਾੜਾ ਹੈ, ਜੋ ਇਹ ਦਿਹਾੜੇ ਚੱਲ ਰਹੇ ਨੇ, ਇਹ ਦਿਹਾੜੇ ਨਿਰੰਤਰ ਲੋਕਾਂ ਨੂੰ ਕੋਈ ਨਾ ਕੋਈ ਸਿੱਖਿਆ ਦੇਣ। ਲੁਧਿਆਣਾ ਤੋਂ ਕੈਮਰਾਮੈਨ ਸੇਵਾ ਸਿੰਘ ਨਾਲ ਮੈਂ ਅਰਵਿੰਦਰ ਸਰਾਨਾ।